ਚੋਰਾਂ ਨੇ ਦੇਰ ਰਾਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਦੋਂ ਇਹਨਾਂ ਚੋਰਾਂ ਨੇ ਧਾਰਮਿਕ ਸਥਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹਨਾਂ ਚੋਰਾਂ ਨੇ ਮੰਦਿਰਾਂ, ਗਊਸ਼ਾਲਾ ਤੇ ਇੱਕ ਸ਼ਮਸ਼ਾਨ ਘਾਟ ਦੇ ਗੋਲਕ ਤੋੜੇ ਨੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਇਹ ਸਾਰੇ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਚੋਰਾਂ ਨੇ ਸ਼ਮਸ਼ਾਨ ਘਾਟ ਦੇ 3 ਗੁੱਲਕ ਤੋੜੇ ਨੇ, 1 ਗੁੱਲਕ ਗਊਸ਼ਾਲਾ ਦਾ ਤੋੜਿਆ ਤੇ 1 ਸ਼ਿਵ ਮੰਦਿਰ ਅਤੇ ਗੁੱਗਾ ਮਾੜੀ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਦਰਅਸਲ ਮੋਹਾਲੀ ਜ਼ਿਲ੍ਹੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਵਾਰ ਚੋਰਾਂ ਨੇ ਜ਼ੀਰਕਪੁਰ ਥਾਣੇ ਦੇ 100 ਮੀਟਰ ਦੇ ਅੰਦਰ ਹੀ ਇੱਕੋ ਰਾਤ ਧਾਰਮਿਕ ਸਥਾਨਾਂ ਦੇ 6 ਗੁੱਲਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਦੇਰ ਰਾਤ ਚੋਰਾਂ ਨੇ ਜ਼ੀਰਕਪੁਰ ਦੀ ਦੀਵਾਰ ਦੇ ਨਾਲ ਲੱਗਦੇ ਧਾਰਮਿਕ ਸਥਾਨਾਂ, ਗਊਸ਼ਾਲਾ ਅਤੇ ਇੱਕ ਸ਼ਮਸ਼ਾਨ ਘਾਟ ਦੇ 6 ਗੋਲਕ ਤੋੜੇ ਨੇ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਮਾਮਲੇ ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਦੇ ਪ੍ਰਬੰਧਕ ਰਾਹੁਲ ਨੇ ਦੱਸਿਆ ਕਿ ਕਰੀਬ 1:30 ਵਜੇ ਚੋਰਾਂ ਦੁਆਰਾ ਸ਼ਮਸ਼ਾਨ ਘਾਟ ਦੇ 3 ਗੋਲਕ ਤੋੜੇ ਗਏ ਤੇ 1 ਗੋਲਕ ਗਊਸ਼ਾਲਾ ਦਾ ਤੋੜਿਆ ਗਿਆ। ਇਸ ਦੌਰਾਨ ਗਊਸ਼ਾਲਾ ਦਾ ਚੌਕੀਦਾਰ ਉੱਠ ਗਿਆ ਤੇ ਚੋਰ ਗੋਲਕ ਛੱਡ ਕੇ ਭੱਜ ਨਿਕਲੇ, ਜਿਸ ਦੇ ਬਾਅਦ ਚੋਰਾਂ ਨੇ ਸ਼ਿਵ ਮੰਦਿਰ ਤੇ 1 ਗੁੱਗਾ ਮਾੜੀ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਸਵੇਰੇ ਕਰੀਬ 2 ਵਜੇ ਚੋਰ ਪਹਿਲਾਂ ਸ਼ਿਵ ਮੰਦਿਰ ਦੇ ਵਿੱਚ ਵੜੇ, ਜਿਸ ਦੇ ਬਾਅਦ ਉਹ ਚੋਰ ਗੁੱਗਾ ਮਾੜੀ ਦਾ ਗੋਲਕ ਉਖਾੜਨ ਦੇ ਲਈ ਨਾਕਾਮਯਾਬ ਸਾਬਿਤ ਹੋਏ, ਕਿਉਂਕਿ ਗੁੱਗਾ ਮਾੜੀ ਦਾ ਗੋਲਕ ਜ਼ਮੀਨ ਦੇ ਵਿੱਚ ਗੱਡਿਆ ਹੋਇਆ ਸੀ, ਜਿਸ ਨੂੰ ਸਿਮਿੰਟ ਦੇ ਨਾਲ ਪੱਕਾ ਕੀਤਾ ਹੋਇਆ ਸੀ। ਮੰਦਿਰ ਦੇ ਪ੍ਰਬੰਧਕ ਰਾਹੁਲ ਨੇ ਦੱਸਿਆ ਕਿ ਜਦੋਂ ਇਹਨਾਂ ਸਾਰੀ ਚੋਰੀਆਂ ਦੇ ਬਾਅਦ ਉਹ ਥਾਣਾ ਜ਼ੀਰਕਪੁਰ ਦੇ ਵਿੱਚ ਗਏ ਤਾਂ ਮੌਕੇ ਤੇ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਇੱਥੇ ਆਲੇ ਦੁਆਲੇ ਰਾਤ 12 ਤੋਂ ਲੈ ਕੇ 1 ਵਜੇ ਤੱਕ ਨਸ਼ੇੜੀ ਘੁੰਮਦੇ ਨੇ, ਜਿਨ੍ਹਾਂ ਦੇ ਖਿਲਾਫ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਚੋਰਾਂ ਦੁਆਰਾ ਮੰਦਿਰ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ, ਕਿਉਂਕਿ ਚੋਰ ਆਪਣੇ ਜੁੱਤੇ ਲੈ ਕੇ ਮੰਦਿਰ ਦੇ ਆਸਣ ਤੇ ਚੜ ਗਏ, ਉੱਥੇ ਪੂਜਣ ਯੋਗ ਸ਼ਸਤਰਾਂ ਦੀ ਬੇਅਦਬੀ ਕੀਤੀ ਅਤੇ ਚੋਰੀ ਕਰਨ ਦੇ ਲਈ ਉਹਨਾਂ ਨੇ ਸ਼ਸਤਰਾਂ ਦਾ ਦੁਰਉਪਯੋਗ ਵੀ ਕੀਤਾ, ਜਿਸ ਤੋਂ ਬਾਅਦ ਮੰਦਿਰ ਦੇ ਪ੍ਰਬੰਧਕ ਤੇ ਹੋਰ ਲੋਕਾਂ ਨੇ ਇਹਨਾਂ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਹ ਸਰ ਕਰੀਬ ਕਰੀਬ 2:10 ਪੇ ਜੋ ਹੈ ਚੋਰ ਯਹਾਂ ਐਂਟਰ ਹੁਆ ਹੈ ਮੰਦਿਰ ਮੇਂ, ਔਰ ਮੰਦਿਰ ਮੇਂ ਉਸਨੇ ਘੁਸਤੇ ਸਾਰ ਹੀ ਆਪਣਾ ਮੂੰਹ ਕਵਰ ਕਰ ਲਿਆ, ਕਿਉਂਕਿ ਲੋਕਲੀ ਬੰਦਾ ਜਿਸਸੇ ਮਤਲਬ ਕਿ ਮੂੰਹ ਢਕਨੇ ਸੇ ਉਸਕੇ ਪਤਾ ਲਗਤਾ ਹੈ ਕੋਈ ਲੋਕਲੀ ਬੰਦਾ ਹੋਗਾ, ਕਿਉਂਕਿ ਕਿਸ ਉਸਕੋ ਵੀ ਪਤਾ ਹੋਗਾ ਕੈਮਰੇ ਯਹਾਂ ਪੇ ਇੰਸਟਾਲ ਹੋ ਰੱਖੇ ਹੈ। ਤੋ ਸਰ 2:10 ਮੇਂ ਜਬ ਉਹ ਮੰਦਿਰ ਮੇਂ ਐਂਟਰ ਕੀਆ ਹੈ ਤੋ ਉਸਨੇ ਸਭਸੇ ਪਹਿਲੇ ਤੋ ਇੱਧਰ ਆਪਣਾ ਗਊਸ਼ਾਲਾ ਗੱਲਾ ਤੋੜਿਆ ਰਾਤ ਕੋ 1:30 ਕਰੀਬ, ਤਬ ਗਊਸ਼ਾਲਾ ਵਾਲੋ ਕਾ ਜੋ ਚੌਂਕੀਦਾਰ ਥਾ ਉਹ ਉਸਕੇ ਜਾਗਨੇ ਕੇ ਕਾਰਨ ਉਹ ਵਹਾਂ ਸੇ ਭਾਗ ਉਠੇ, ਤੋ 2:10 ਪੇ ਸੇਮ ਬੰਦਾ ਯਹਾਂ ਪੇ ਆਇਆ ਔਰ ਯਹਾਂ ਪੇ ਹਮਾਰਾ ਗੱਲਾ ਹੋਤਾ ਥਾ ਰੱਖਾ ਹੋਗਾ ਸੁਨੋਏ ਕਾ, ਜੈਸੇ ਆਪਨੇ ਸੀਸੀਟੀਵੀ ਫੁਟੇਜ ਮੇਂ ਦੇਖਾ ਹੈ, ਤੋ ਉਹ ਗੱਲਾ ਉਹ ਸਾਥ ਮੇਂ ਉਠਾ ਕੇ ਲੈ ਗਏ, ਉਸਕੇ ਇਲਾਵਾ ਹਮਾਰਾ ਕਾਫੀ ਨੁਕਸਾਨ ਕਰਕੇ ਗਏ। ਗੱਲੇ ਕੇ ਅੰਦਰ ਕਿਤਨੀ ਰਕਮ ਹੋ ਗਈ ਅੰਦਾਜ਼ਨ? ਸਰ ਗੱਲੇ ਕੇ ਅੰਦਰ ਹਮਾਰਾ 1 ਮਹੀਨੇ ਗੱਲਾ ਕਰੀਬ ਕਰੀਬ 7-8 ਹਜ਼ਾਰ ਰੁਪਏ ਕਾ ਗੱਲਾ ਮਤਲਬ ਜੋ ਰਕਮ ਹੋ ਗਈ ਇਸਕੇ ਅੰਦਰ, ਔਰ ਜੋ ਹਮਾਰਾ ਮਾੜੀ ਕਾ ਗੱਲਾ ਹੈ ਉਸਕੇ ਅੰਦਰ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰੀ ਪਰ ਉਹ ਟੁੱਟਾ ਨਹੀਂ, ਕਿਉਂਕਿ ਥੋੜ੍ਹਾ ਜ਼ਮੀਨ ਕੇ ਜ਼ਿਆਦਾ ਅੰਦਰ ਹੈ, ਪਲੱਸ ਉਹਨਾਂ ਨੇ ਚੋਰੀ ਕੇ ਸਾਥ ਸਾਥ ਬੇਅਦਬੀ ਕੀ ਜੋ ਹੈ ਘਟਨਾ ਕੋ ਵੀ ਅੰਜਾਮ ਦਿਆ ਹੈ, ਕਿਉਂਕਿ ਹਮਾਰੇ ਜੋ ਪੂਜੀ ਸ਼ਸਤਰ ਹੈ ਜਾਂ ਹਮਾਰਾ ਜੋ ਆਸਣ ਹੈ ਉਸਕੇ ਉੱਪਰ ਚੋਰ ਨੇ ਆ ਕੇ ਜੋ ਹੈ ਚੱਪਲ ਰੱਖੀ ਹੈ, ਔਰ ਹਮਾਰੇ ਜੋ ਪੂਜੀ ਸ਼ਸਤਰ ਹੈ ਉਹਨਾਂ ਕਾ ਦੁਰਉਪਯੋਗ ਕੀਆ ਹੈ ਚੋਰੀ ਕੇ ਲੀਏ, ਪਲੱਸ ਸਰ ਇਹ 24 ਘੰਟੇ ਸੇ ਉੱਪਰ ਹਮੇ ਥਾਣੇ ਮੇਂ ਜੋ ਹੈ ਕੰਪਲੇਂਟ ਦੀ ਉਹ ਹੋ ਗਿਆ ਹੈ, ਜਿਸਕੇ ਕਾਰਨ ਅਭੀ ਤੱਕ ਕੋਈ ਵੀ ਥਾਣੇ ਕੀ ਤਰਫ ਸੇ ਰਿਸਪੋਂਸ ਨਹੀਂ ਮਿਲਾ,
और इसमें सबसे बड़ी कमजोरी पुलिस प्रशासन की है कि थाने के जस्ट साइड में जो मंदिर है वहीं पे ही चोरी होगी, और थाने में एक भी बंदा रात को प्रेजेंट नहीं था जिस समय हम गए हैं कंप्लेंट लिखाने के लिए, कोई भी वहाँ प्रेजेंट नहीं था। और हमने कल सुबह 9:15 पर कंप्लेंट अपनी जो है दर्ज कराई थी, तो अब आप खुद हिसाब लगाओ कि 24 घंटे से ऊपर हो गया, हमारे पास एक भी पुलिस प्रशासन कोई भी इंक्वायरी के लिए नहीं आया अभी। और सर ये हमारे पंडित जी हैं, पुजारी जी हैं, ये यहाँ कमरे में रहते हैं और अकेले रहते हैं। वो चोर जिस समय रात को आया तो जिस समय शोर मचा तो ये आए देखने के लिए, तो उनके साथ एक जो है बंदा और था, तो इस हिसाब से तो कल को अगर इनकी भी जान को कोई हानि हो सकती थी। तो कितने कितने लोग थे? वो करीब करीब सब 3 से 4 लोग थे, क्योंकि ये अकेले बंदे का ये काम नहीं हो सकता। यहाँ पे लगातार कंटिन्यू उन्होंने 6 जो है गुल्लक तोड़े हैं, जिसमें 3 शमशान घाट के गुल्लक हैं, 1 गौशाला गुल्लक है और 2 मंदिर के हैं। दो मंदिर के जी। लेकिन पुलिस प्रशासन की तरफ से कोई आपके पास नहीं आया? नहीं, कोई नहीं आया सर।